ਲਓ ਜੀ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਤੀਰਥ ਰਾਜ ਕਪਾਲ ਮੋਚਨ ਦੀ ਯਾਤਰਾ ਜਿਹੜੀ ਆਪਾਂ ਪਿਛਲੇ ਦਿਨ ਕਰਕੇ ਆਏ ਆ। ਇੱਥੋਂ ਫੜੀ ਸੀ ਮੈਂ ਬੱਸ, ਬੱਸ ਤੋਂ ਬਾਅਦ ਫਿਰ ਆਪਾਂ ਗਏ ਸੀ ਬਾਈ ਭੁਪਿੰਦਰਪਾਲ ਰਿਸ਼ੀ ਘਨੌਰੀ ਹੋਣਾਂ ਨਾਲ ਗੱਡੀ 'ਤੇ। ਆਹ ਰਸਤੇ 'ਚ ਸਾਨੂੰ ਪੰਛੀ ਸਾਡੀ ਗੱਡੀ 'ਤੇ ਅੱਗੇ ਬਹਿ ਗਿਆ ਜੀ ਫਾਟਕਾਂ 'ਤੇ। ਬਹੁਤ ਵਧੀਆ ਲੱਗਿਆ ਮੇਲੇ 'ਚ ਆਪਾਂ ਪਹੁੰਚ ਕੇ। ਮੇਲੇ 'ਚ ਪਹੁੰਚ ਕੇ ਆ ਦੇਖੋ ਇਹ ਆ ਨਹਾਉਣ ਤੋਂ 2 ਦਿਨ ਪਹਿਲਾਂ ਦੀ ਵੀਡੀਓ ਜਿੱਥੇ ਦੁਕਾਨਾਂ ਦੁਕਾਨਾਂ ਪੂਰੀਆਂ ਲੱਗੀਆਂ ਹੋਈਆਂ ਨੇ। ਅਸੀਂ ਜਾ ਰਹੇ ਸੀ ਦਰਸ਼ਨ ਮੇਲੇ ਕਰਨ ਵੀ ਅੱਜ ਨਮਸਕਾਰ ਕਰਿਆ ਜੀ। ਪਹੁੰਚੇ ਸੀ ਅਸੀਂ 25 ਤਰੀਕ ਦਾ ਇਹ ਦ੍ਰਿਸ਼ ਆ ਅਤੇ ਆਹ ਸਾਹਮਣੇ ਚੱਲਿਆ ਗੁਰੀ। ਅਸੀਂ ਇੱਥੇ ਟੇਕਿਆ ਮੱਥਾ, ਪਹਿਲਾਂ ਟੇਕਿਆ ਮੱਥਾ ਆ ਗਿਆ ਧੰਨੇ ਭਗਤ ਦਾ ਮੰਦਰ। ਇੱਥੇ ਅਸੀਂ ਟੇਕਿਆ ਮੱਥਾ, ਇੱਥੇ ਨਮਸਕਾਰ ਕਰਨ ਤੋਂ ਬਾਅਦ ਸਾਰੇ ਬਾਕੀ ਜਿਹੜੇ ਗੁਰਧਾਮ ਸੀ ਕਪਾਲ ਮੋਚਨ ਕਾਲਾ ਗਊ ਬੱਸਾ ਗੁਰਦੁਆਰਾ ਸਾਹਿਬ ਅਸੀਂ ਸਾਰਿਆਂ ਨੇ ਦਰਸ਼ਨ ਦਿਦਾਰੇ ਕੀਤੇ। ਢੋਲ ਵਾਲਿਆਂ ਨੇ ਢੋਲ ਵਜਾਇਆ, ਇੱਥੇ ਸਵਾਗਤ ਕਰਦੇ ਆ ਗੀਤ ਗਾਉਂਦੇ ਆ ਬੰਦੇ ਨੇ। ਇਹ ਤੋਂ ਬਾਅਦ ਫਿਰ ਅਸੀਂ ਲਾਈ ਰਾਤ ਦੀ ਸਟੇਜ ਅਤੇ ਆਹ ਸੁਣਿਓ ਕਵਿਤਾ ਆਉਣ ਗਿਆ ਰਸਣ
ਪ੍ਰੋਗਰਾਮ ਲਾਉਣ ਤੋਂ ਬਾਅਦ ਅਸੀਂ 26 ਤਰੀਕ ਦੀ ਰਾਤ ਦਾ 14 ਵਾਲੀ ਰਾਤ ਦਾ ਪ੍ਰੋਗਰਾਮ ਤੇ ਅਸੀਂ ਜਾ ਵੜੇ ਸੀ ਫਿਰ ਨਹਾਉਣ ਕਰਨ ਪੌਣੇ 12 ਵਜੇ ਤੇ ਸੰਗਤਾਂ ਦਾ ਪੂਰਾ ਹੜ੍ਹ ਸੀ ਚਾਰ ਸਪੇਰੇ ਸੰਗਤਾਂ ਵੇਟ ਕਰ ਰਹੀਆਂ ਸੀ ਆਹ ਬਾਈ ਆਪਣੀ ਆਪਣੇ ਜਿਹੜੇ ਜਿਹੜੇ ਆਪਣੇ ਨਾਲ ਗਏ ਸੀ ਦੁਨੀਆ ਦੇਖ ਰਹੀ ਸੀ 12 ਵੱਜਣ ਦਾ ਇੰਤਜ਼ਾਰ ਕਰ ਰਹੀ ਸੀ ਸਾਰੇ ਪਾਸੇ ਲੋਕ ਖੜ੍ਹੇ ਖੜ੍ਹੇ ਸੀ ਵੇਟ ਕਰਦੇ ਸੀ 12 ਵੱਜਣ ਅਤੇ ਨਹਾਉਣ ਜਿਹੜਾ ਸਟਾਰਟ ਹੋਵੇ ਅਤੇ ਸਾਰਿਆਂ ਨੇ ਨਹਾਉਣ ਕਰਨ ਜਾਣਾ ਸੀ ਹਰੇਕ ਤਲਾਅ ਦੇ ਜਿੰਨਾ ਵੀ ਜਿੱਧਰ ਜਿੱਧਰ ਵੀ ਆਪਾਂ ਦੇਖਿਆ ਸੀ ਇਹ ਕਪਾਲ ਮੋਚਨ ਤੀਰਥ ਆ ਜਿਹੜਾ ਮੇਨ ਤੀਰਥ ਆ ਇੱਥੇ ਆਪਾਂ ਸਾਰਿਆਂ ਨੇ ਇਸ਼ਨਾਨ ਕਰਨ ਵਾਸਤੇ ਗਏ ਸੀਗੇ ਅਤੇ ਬਾਕੀ ਤੀਰਥਾਂ ਦੇ ਵੀ ਸਾਨੂੰ ਆਪਾਂ ਦਰਸ਼ਨ ਕਰਵਾਉਣੇ ਆ ਸਾਰੇ ਤੀਰਥਾਂ 'ਚ ਆਪਾਂ ਨੇ ਇਸ਼ਨਾਨ ਕੀਤਾ ਸੀ ਸਾਰੇ ਸਰੋਵਰਾਂ 'ਚ ਬੱਜ ਗਏ ਇਸ਼ਨਾਨ ਚਾਲੂ ਹੋ ਗਿਆ ਦੇਖੋ ਸੰਗਤਾਂ ਦਾ ਮਹਾਨ ਹੜ ਤੀਰਥ ਰਾਣੀ ਵੀ ਰੱਖ ਦਿੱਤੇ ਭਾਈ ਉਹਦੇ ਉੱਤੇ ਰੱਖ ਦਿੱਤੇ ਉੱਤੇ ਚੜ੍ਹਦੇ ਕਪਾਲ ਮੋਚਨ ਤੀਰਥ ਤਾਂ ਆਪਾਂ ਹੁਣ ਇਸ਼ਨਾਨ ਕਰ ਲਿਆ ਇੱਥੋਂ ਆਪਾਂ ਚੱਲਾਂਗੇ ਹੁਣ ਰਣ ਮੋਚਨ ਨੂੰ ਅਤੇ ਬਾਈ ਹੁਣੀ ਕਹਿੰਦੇ ਪਹਿਲਾਂ ਆਪਾਂ ਇੱਥੋਂ ਇਸ਼ਨਾਨ ਕਰਕੇ ਲਾਵਾਂਗੇ ਦੀਪਾ ਦੀਵੇ ਲਾਵਾਂਗੇ ਮੋਮਬੱਤੀਆਂ ਵਗੈਰਾ ਅਸੀਂ ਲਾਈਆਂ ਇੱਥੇ ਸਾਰੀ ਸੰਗਤ ਜਿਹੜੀ ਸ਼ਰਧਾ ਨਾਲ ਲੋਕ ਆਉਂਦੇ ਆ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵੇ ਵਗੈਰਾ ਆਪਣੀ ਭਾਵਨਾ ਅਨੁਸਾਰ ਕੋਈ ਮੋਮਬੱਤੀਆਂ ਦੀਵੇ ਸਾਰੇ ਜਾਣੇ ਲਗਾਉਂਦੇ ਆ ਅਤੇ ਅਸੀਂ ਵੀ ਫਿਰ ਸਾਰਿਆਂ ਨੇ ਇਕੱਲੇ ਇਕੱਲੇ ਨੇ ਇੱਥੇ ਮੋਮਬੱਤੀਆਂ ਲਾਈਆਂ ਬਾਰਾਂ ਵੱਜੇ ਸੀਗੇ ਰਾਤ ਦੇ ਇਕੱਠ ਬਹੁਤ ਜ਼ਿਆਦਾ ਵੱਧ ਗਿਆ ਸੀ ਇੱਥੋਂ ਚਾਰ ਸਪੇਰੇ ਜਿਹੜੇ ਰਾਹ ਸੀ ਉਹ ਇਹਦੀ ਭਰੀ ਹੋਏ ਸੀ ਆਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਤੇ ਦਸਵੇਂ ਪਾਤਸ਼ਾਹੀ ਮਹਾਰਾਜ ਦਾ ਜਿਹੜਾ ਮੇਨ ਗੁਰਦੁਆਰਾ ਇੱਥੇ ਅਸੀਂ ਫਿਰ ਉਹਦੇ ਵਿੱਚ ਦੀ ਗਏ ਹਾਂ ਦੀਪਾਂ ਵਾਲੀ ਬਹੁਤ ਸੀ ਪਟਾਕੇ ਵਗੈਰਾ ਬਹੁਤ ਚਲਾਏ ਲੋਕਾਂ ਨੇ 12 ਵਜੇ ਗੁਰਦੁਆਰਾ ਸਾਹਿਬ 'ਚ ਵੀ ਪਟਾਕੇ ਚੱਲ ਰਹੇ ਸੀ ਆਹ ਜਿਹੜਾ ਮੇਨ ਗੇਟ ਸੀ ਇੱਥੇ ਬਹੁਤ ਧੱਕਾ ਪੈਂਦਾ ਸੀ ਜਿਹਦੀ ਆਇਆ ਵੀ ਲੰਘਣਾ ਮੁਸ਼ਕਿਲ ਹੁੰਦਾ ਸੀ ਬੰਦਿਆਂ ਦਾ ਅਤੇ ਇੰਨਾ ਪਿਆਰ ਉਤਸ਼ਾਹ ਆਏ ਸਾਲ ਕਪਾਲ ਮੋਚਨ ਦਾ ਮੇਲਾ ਬਹੁਤ ਚੜ੍ਹ ਕੇ ਭਰਦਾ ਪਰ ਇਸ ਵਾਰ ਰਿਕਾਰਡ ਹੈ ਕਹਿੰਦੇ ਵੀ ਕਈ ਸਾਲਾਂ ਬਾਅਦ ਇੰਨਾ ਇਕੱਠ ਦੇਖਣ ਨੂੰ ਮਿਲਿਆ
ਕਿਉਂਕਿ ਐਗਤੀ ਤਾਂ ਲੋਕ ਵਿਹਲੇ ਸੀਗੇ, ਫਸਲ ਫਸਾਈ ਵੀ ਹੋ ਗਈ ਸੀ, ਮਜ਼ਦੂਰ ਕਿਸਾਨ ਦੋਨੇ ਵਿਹਲੇ ਹੋ ਗਏ ਸੀ, ਤਾਂ ਕਰਕੇ ਜਿਹੜਾ ਮੇਲਾ ਪੂਰਾ ਭਰਿਆ ਹੋਇਆ ਸੀ ਚਾਰ ਸਪੇਰੇ। ਅਤੇ ਬਾਕੀ ਜਦੋਂ 12 ਵਜੇ ਨਹਾਉਣ ਹੁੰਦਾ, ਇਸ਼ਨਾਨ ਕਰਨਾ ਹੁੰਦਾ ਸੰਗਤ, ਉਦੋਂ ਜ਼ਿਆਦਾ ਇਕੱਠ ਵੱਧ ਜਾਂਦਾ। ਇੱਥੋਂ ਫਿਰ ਦੁਕਾਨਾਂ ਵਗੈਰਾ ਦੇ ਅਸੀਂ ਪ੍ਰਸ਼ਾਦ ਲੈਣਾ ਸੀਗਾ, ਅਤੇ ਜਾਂਦੇ ਜਾਂਦੇ ਨੇ ਫਿਰ ਪ੍ਰਸ਼ਾਦ ਲਿਆ ਇੱਥੋਂ। ਨਾਲੇ ਇੱਥੇ ਲੱਖੇ ਵੀਡੀਓ ਦੇਖੀ ਤੂੰ ਕਿੰਨੇ ਦਾ ਭਾਈ? ਇੱਥੋਂ ਆਪਾਂ ਪ੍ਰਸ਼ਾਦ ਲੈ ਲਿਆ ਸੀ, ਅਤੇ ਹੁਣ ਆਪਾਂ ਜਾਣਾ ਹੈ ਤੀਰਥ ਜਿਹੜਾ ਰਣਮੋਚਨ, ਉੱਥੇ ਇਸ਼ਨਾਨ ਕਰਨ। ਮੈਂ ਆਪ ਨੂੰ ਵੀ ਲਿਆਣਾ ਸਾਲਿਆ, ਕਹੇਗਾ ਉਹ ਤਾਂ ਗਈ ਨਹੀਂ ਪਈ। ਮੈਂ ਵੀ ਆ ਜੀ ਵਿੱਚ, ਮੈਂ ਆ ਜੀ, ਮੈਨੇ ਬਣਾਈ ਆ ਜੀ ਇਹ ਵੀਡੀਓ। ਤੁਹਾਨੂੰ ਕਪਾਲ ਮੋਚਣ ਦੀ ਸਾਰੀ ਜਾਣਕਾਰੀ ਦਿੰਦੇ ਆ ਜੀ। ਆਹ ਦੇਖੋ ਜਿਹੜੇ ਭਾਂਡੇ, ਆਹ ਦੁਨੀਆਂ ਜਾਂਦੀ ਆ ਜੀ, ਦੁਨੀਆਂ ਜਾਂਦੀ ਆ। ਆਹ ਖਰੋਟ ਆ ਗਏ ਜੀ, ਇਹਨੇ ਖਰੋਟ ਨੇ ਜੀ, ਇਹ ਕਹਿੰਦੇ ਹੱਥ ਨਾਲ ਫੁੱਟ ਜਾਂਦੇ ਨੇ। ਦੁਕਾਨਾਂ ਨੂੰ ਹਾਂ ਕਰੇਗਾ ਫਿਰ ਪਾਲਟੀ ਕਰ ਦੀਏ ਕਿਰਪਾ ਤੇਰੇ ਤੇ, ਅੱਜ ਦਾ ਹੀ ਦਿਨ ਹਾਂ। ਓਏ ਬਾਈ ਤੂੰ ਵੀਡੀਓ ਚ ਆ ਗਿਆ, ਆ ਗਿਆ ਤੂੰ ਹੁਣ, ਗਲਤੀ ਹੋ ਗਈ ਬਾਬੇ। ਚਲੋ ਜੀ ਚਲੋ, ਪਿੱਛੇ ਹੀ ਆ ਤੁਹਾਡੇ। ਇੱਥੇ ਫਿਰ ਗੁਰਪ੍ਰੀਤ ਨੇ ਪੂਰੀ ਮਸਤੀ ਕੀਤੀ ਪਿੱਛੇ, ਕਹਿੰਦਾ ਮੈਨੂੰ ਫੜਾ ਫੋਨ, ਮੈਂ ਬਣਾਊਂਗਾ ਵੀਡੀਓ। ਹੁਣ ਅਸੀਂ ਜਾ ਰਹੇ ਸੀ ਸੂਰਜ ਕੁੰਡ ਨੂੰ, ਅਤੇ ਉੱਥੇ ਇਸ਼ਨਾਨ ਕਰਨ ਵਾਸਤੇ। ਲੋਕ ਤਾਂ ਇੱਧਰ ਪਿੱਛੇ ਪਿਛਲਾ ਜਿਹੜਾ ਮੇਨ ਗੇਟ ਉੱਧਰ ਦੀ ਜਾਂਦੇ ਸੀ, ਅਤੇ ਫਿਰ ਮੈਂ ਅਸੀਂ ਇੱਧਰ ਜਿਹੜਾ ਬੈਕ ਸਾਈਡ ਆ ਪੀ ਟੀ ਵਾਲ ਵਾਲੇ ਸੰਤਾਂ ਦੇ ਨਾਲ ਲੰਗਰ ਲੱਗਿਆ ਹੁੰਦਾ ਮੇਨ ਪੱਕਾ, ਉੱਧਰਲੀ ਸਾਈਡ ਦੀ ਗਏ ਹਾਂ। ਦੁਕਾਨਾਂ ਬਹੁਤ ਸਜੀਆਂ ਹੋਈਆਂ ਸੀ, ਲੋਕ ਸਮਾਨ ਵਗੈਰਾ ਬਹੁਤ ਖਰੀਦੀ ਜਾਂਦੇ ਸੀ, ਕਿਉਂਕਿ ਐਂ ਸੀ ਵੀ ਲੋਕਾਂ ਨੇ ਚਾਲੇ ਪਾਉਣੇ ਸ਼ੁਰੂ ਕਰਤੇ ਸੀ, ਅਤੇ ਮੇਲਾ ਜਿਹੜਾ ਨਹਾਉਣ ਹੋਣ ਪੂਰਾ ਹੋ ਗਿਆ ਸੀਗਾ। ਇੱਥੇ ਬਾਈ ਟਰੈਕਟਰ ਵੇਚੀ ਜਾਂਦਾ ਸੀ ਸੋਨਾ ਲਈ, ਕਿਆ ਕਹਿੰਦਾ ਲੈ ਲਓ ਫੋੜ ਲੈ ਲਓ। ਲਾਸਟ ਸਰੋਵਰ ਸੀਗਾ ਸੂਰਜ ਕੁੰਡ ਵਾਲਾ, ਅਤੇ ਇੱਥੇ ਵੀ ਸ਼ਰਧਾ ਭਾਵਨਾ ਨਾਲ ਲੋਕ ਆਪਣੀ ਇੱਛਾ ਮੁਤਾਬਕ ਦੀਵੇ ਮੋਮਬੱਤੀਆਂ ਵਗੈਰਾ ਲਾਉਂਦੇ ਨੇ, ਅਤੇ ਆਹ ਜਿਹੜਾ ਦਰਖਤ ਪਰਿਕਰਮਾ ਵੀ ਕਰਦੇ ਨੇ ਇਹਦੇ ਕਈ,
ਤੇ ਪ੍ਰਸ਼ਾਦ ਵੀ ਦੇਖੋ ਰੱਖਿਆ ਹੋਇਆ ਉੱਥੇ ਸ਼ਰਧਾ ਲੋਕਾਂ ਦੀ ਭਾਵਨਾ ਬਣੀ ਹੋਈ ਹੈ ਤੇ ਅਸੀਂ ਵੀ ਇੱਥੋਂ ਇਸ਼ਨਾਨ ਕਰਨ ਲੱਗੇ ਬਸ ਉਸ ਤੋਂ ਬਾਅਦ ਇਹ ਚਾਲਾ ਪਾਤਾ ਸੀ ਤੇ ਇੰਨੀ ਕੀ ਬਣਾਈ ਸੀ ਵੀਡੀਓ ਤੇ ਕੋਸ਼ਿਸ਼ ਕਰਿਆ ਕਰਾਂਗੇ ਹੁਣ ਵੀ ਅੱਗੇ ਵੀ ਇੱਥੇ ਵੀ ਕਿਹੜੇ ਗੁਰਧਾਮ 'ਤੇ ਗਏ ਜਾਂ ਕਿਸੇ ਯਾਤਰਾ 'ਤੇ ਗਏ ਤੁਹਾਨੂੰ ਦਿਖਾਇਆ ਕਰਾਂਗੇ ਅਤੇ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਦਰਸ਼ਨ ਕਰ ਲਿਓ ਘਰ ਬੈਠੇ ਸਾਰੀ ਸੰਗਤ ਇੰਨਾ ਕੁ ਉਦਮ ਕਰਿਆ ਸੀ ਅਤੇ ਜੇ ਵਧੀਆ ਲੱਗੀ ਦੱਸਿਓ ਫਿਰ ਅੱਗੇ ਵਾਸਤੇ ਵੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਭੇਜਿਆ ਕਰਾਂਗੇ ਆਸ਼ਤਬਾਜ਼ੀ ਇੱਥੇ ਵੀ ਹੋ ਰਹੀ ਸੀ ਅਤੇ ਮਨਮੋਹਕ ਦ੍ਰਿਸ਼ ਸੀ ਇੱਕ ਪਹਿਲੀ ਵਾਰੀ ਵੈਸੇ ਤਾਂ ਅਸੀਂ ਕਈ ਅੱਗੇ ਤੁਰੇ ਆਈਦਾ ਪ੍ਰੋਗਰਾਮ ਲਾਉਣ ਤੋਂ ਬਾਅਦ 10-11 ਵਜੇ ਚਾਲਾ ਪਾ ਦੇਈਦਾ ਪਰ ਇਸ ਵਾਰੀ ਭਾਈ ਭੁਪਿੰਦਰਪਾਲ ਰਿਸ਼ੀ ਜੀ ਅਤੇ ਉਹਨਾਂ ਨਾਲ ਬਾਈ ਜਗਰੂਪ ਸਿੰਘ ਸੀਗੇ ਉਹ ਕਹਿੰਦੇ ਵੀ 12 ਵਜੇ ਤੋਂ ਬਾਅਦ ਨਹਾਉਣ ਕਰਕੇ ਹੀ ਆਪਾਂ ਚੱਲਾਂਗੇ ਅਤੇ ਜਿਹੜਾ ਆਹ ਦ੍ਰਿਸ਼ ਕਦੇ ਦੇਖਿਆ ਨਹੀਂ ਸੀ ਅਤੇ ਪਹਿਲੀ ਵਾਰੀ ਦੇਖਿਆ ਅਤੇ ਆਨੰਦ ਆ ਗਿਆ ਵੈਸੇ ਤਾਂ ਇੱਥੇ ਵੀ ਪਾਣੀ ਬੇਸ਼ੱਕ ਠੰਡਾ ਸੀ ਪਰ ਸੰਗਤਾਂ ਦਾ ਜਿਹੜਾ ਭਰੋਸਾ ਸੀ ਨਾ ਸ਼ਾਇਦ ਕਿਸੇ ਪੂਰਾ ਗਰਮ ਸੀ ਕਿਸੇ ਨੂੰ ਕੋਈ ਉਹ ਨਹੀਂ ਸੀ ਮੈਂ ਹਲੇ ਕਹਿੰਦਾ ਸੀ ਗੁਰਪ੍ਰੀਤ ਨੂੰ ਮੈਂ ਪਾਣੀ ਬਹੁਤ ਠੰਡਾ ਆਪਾਂ ਨੂੰ ਬੁਖਾਰ ਬਖੂਰ ਨਾ ਹੋ ਜਾਵੇ ਅਤੇ ਪਰ ਲੋਕ ਐਂ ਪਿਆਰ ਸਤਿਕਾਰ ਨਾਲ ਸਾਰੇ ਇਸ਼ਨਾਨ ਨਹਾਉਣ ਕਰਦੇ ਸੀਗੇ ਸੋ ਸਾਰਿਆਂ ਦਾ ਧੰਨਵਾਦ ਬਾਈ ਬਹੁਤ ਬਹੁਤ ਤੁਸੀਂ ਇੰਨਾ ਪਿਆਰ ਦਿੰਦੇ ਸਤਿਕਾਰ ਦਿੰਦੇ ਚੈਨਲ ਨੂੰ ਬਹੁਤ ਵੀਰ ਮਿਲੇ ਮੈਨੂੰ ਇੱਥੇ ਕਪਾਲ ਮੋਚਣ 'ਤੇ ਕਹਿੰਦੇ ਤੇਰੀਆਂ ਵੀਡੀਓ ਦੇਖਦੇ ਹੁੰਦੇ ਹਾਂ ਅਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।